ಕಾಮಣ ಪಿಯಾ ಅಲ್ಲಮಾನ 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 ಯಾ ಹುಸೇನ್ ಯಾ ಹುಸೇನ್ ಮೈ ಛಡ್ ಜಾಂದಾ ಮಿಂಬರ್ ಇತ್ತೇ ਵਹਿਣ ਦਾ ਵਾਅਦਾ ਨਾ ਕੀਤਾ ਹੁੰਦਾ ਮੈਂ ਇੱਥੇ ਹੀ ਮਿੰਬਰ ਛੱਡ ਜਾਂਦਾ ਪਾਕ ਬੀਬੀ ਮੈਨੂੰ ਹਿੰਮਤ ਦੇਵਣਾ ਤੇ ਮੈਂ ਨੌਕਰੀ ਕਰਾਂ ਜਿਵੇਂ ਇਹਨਾਂ ਦਾ ਮਾਤਮ ਕਰਨ ਤੇ ਦਿਲ ਹੈ ਮੈਂ ਬਿਸਮਿਲਾ ਕਰਾਂ ਧੀਆਂ ਬਣ ਕੇ ਉੱਚਾ ਰੋਣਾ ਹਸਰਤ ਨਬੀ ਦੀ ਦੀਦੀ ਹਸਰਤ ਅਲੀ ਦੀ ਦੀਦੀ ਅਸਾਂ ਉੱਚਾ ਰੋਣੀਆਂ ਨਹੀਂ ਬੀਬੀ ਦੀ ਹਸਰਤ ਮੈਂ ਧੀਆਂ ਦੇ ਵਹਿਣ ਸੁਣੇ ਨਹੀਂ ਮਾਤਮ ਇਤਨਾ ਕਰਨਾ ਹੈ ਜਿਤਨਾ ਮੁਹੰਮਦ ਦੀ ਪਾਕ ਦੀ ਦੇ ਜਨਾਜ਼ੇ ਤੇ ਕਰਨ ਦਾ ਹੱਕ ਬਣਦਾ ਹੈ ਆਓ ਮੈਂ ਵੀ ਮਾਤਮ ਕਰਾਂ ਤੁਸੀਂ ਵੀ ਮਾਤਮ ਕਰੋ ਫਿਰ ਔਖਾ ਟੁਰ ਕੇ ਚਾਰ ਮਿੰਟ ਹੋ ਖਤਮ ਵੀ ਕਰਦਾ ਔਖਾ ਟੁਰ ਕੇ ਇਤਨੀ ਔਖੀ ਆਈ ਨਾ ਜ਼ਿੰਦਗੀ ਦੇ ਆਖਰੀ ਦਿਨ ਚਲੋ ਆਖੋ ਸ਼ੁਕਰ ਹੈ ਅਲੀ ਦੀਆਂ ਦੀਆਂ ਇੱਥੇ ਰੋਵਣ ਤੋਂ ਰੋਕਣ ਵਾਲਾ ਬਾਬਾ ਹੀ ਜੈ ਸਰ ਤੇ ਪਿਆਰ ਕਰਕੇ ਆਖਿਆ ਉੱਚਾ ਨਾ ਰੋਇਆ ਹੈ ਇਹ ਤਨੇ ਸਾਖੀਆਂ ਨਾ ਰੋਇਆ ਹੈ ਮੈਂ ਸ਼ਹਾਦਤ ਨਹੀਂ ਪੜਨ ਲੱਗਾ ਉਹ ਵੇਲਾ ਕੀ ਹੋ ਜੇ ਉਹ ਸੀ ਜਦੋਂ ਰੋਣ ਵਾਲੀਆਂ ਬਹਿਣਾਂ ਤੇ ਉਠਾਵਣ ਵਾਲਾ ਕਾਤਲਾ ਵਾਹ ਭਾਈ ਵਾਹ ਵਾਹ ਭਾਈ ਵਾਹ ਵਾਹ ਭਾਈ ਵਾਹ ਭਾਈ ਬੈਠਿਆ ਦਿਨ ਜਿਹੜੀ ਮਾਂ ਨੂੰ ਨਰੁਣੀਆਂ ਉਹ ਫਿਰਾਹ ਨੂੰ ਹੀ ਨਰੁਣੀਆਂ ਅੱਛਾ ਅਲੀ ਨੂੰ ਮੈਂ ਸ਼ਹਾਦਤ ਨਹੀਂ ਪੜਨੀ ਸਤਰ ਆਖ ਜਾਵਾਂ ਭਾਈ ਜਾਨ ਜਦੋਂ ਤਾਬੂਤ ਪਹੁੰਚਿਆ ਨਾ ਦਫਨ ਵਾਲੀ ਜਾ ਤੇ ਕਦੀ ਫਿਰ ਤਫਸੀਲ ਪੜ੍ਹਦੇ ਸਾਂ ਤਾਬੂਤ ਰੱਖ ਕੇ ਅਲੀ ਆਖੇ ਸਾਸਾ ਅਮਾਰ ਸਲਮਾਨ ਜ਼ਰਾ ਜਨਾਜ਼ੇ ਦਾ ਪਾਰਾ ਦਿਓ ਮੈਂ ਹੁਣੇ ਵਲੇ ਆਉਣਾ ਮੈਂ ਸ਼ਾਮ ਦੇ ਵੇਲੇ ਅਲਮ ਦੇ ਸਾਹਮਣੇ ਪਿਆ ਤਾਂ ਤੇਜ਼ ਕਦਮਾਂ ਨਾਲ ਅਲੀ ਦੌੜ ਕੇ ਗਏ ਵੀ ਹਨ ਅਤੇ ਥੋੜ੍ਹੀ ਦੇਰ ਬਾਅਦ ਵਾਪਸ ਆਏ ਵੀ ਹਨ ਸਲਮਾਨ ਹੱਥ ਬੱਧਨ ਯਾ ਅਲੀ ਕਿਤੇ ਗਏ ਆ ਅਤੇ ਜਲਦੀ ਵਾਪਸ ਆਇਓ ਅਲੀ ਆ ਦਿਨ ਮੈਂ ਗਿਆ ਮੈਂ ਘਰ ਤੱਕ ਰਾਤ ਦਾ ਵੇਲਾ ਮੇਰੀਆਂ ਧੀਆਂ ਇਕੱਲੀਆਂ ਅਤੇ ਮਦੀਨੇ ਵਾਲੇ ਦੁਸ਼ਮਣ ਮੈਂ ਤਲਵਾਰ ਲੈ ਕੇ ਘਰ ਗਿਆ ਮਤਾ ਡੱਲੀ ਰਾਤ ਲੈ ਮੇਰੇ ਘਰ ਤੇ ਹਮਲਾ ਕਰੇ ਆਫਰੀਨ ਭਾਈ ਆਫਰੀਨ ਭਾਈ ਆਫਰੀਨ ਭਾਈ ਇਹ ਹਾਈ ਮੁਗਾਨ ਜਿਹੜੀ ਹੁਣ ਦਿੱਤੀ ਆ ਇਹ ਹਾਈ ਮੁਗਾਨ ਜਿਹੜੀ ਹੁਣ ਦਿੱਤੀ ਆ ਮੈਂ ਸਦਕੇ ਸਾਈ ਕੱਢ ਲੈਨੇ ਤੇ ਹੁਣ ਪੜਾ ਵੈਣ ਪੁੱਤਰਾਂ ਨੂੰ ਆਖਿਆ ਜਾ ਇਤਨੀ ਔਖੀ ਆਈ ਜੋ ਜ਼ਿੰਦਗੀ ਦੀ ਆਖਰੀ ਕੁਝ ਨਮਾਜ਼ਾਂ ਬੀਬੀ ਮਸਨਤ ਤੇ ਲੇਟ ਕੇ ਪੜੀਆਂ ਖੜ ਕੇ ਨਮਾਜ਼ ਨਹੀਂ ਪੜ ਸਕਦੀ ਬਹਿ ਕੇ ਨਹੀਂ ਪੜ ਸਕਦੀ ਤੇ ਏਡੀ ਔਖੀ ਆਈ ਇੱਕ ਵਸੀਅਤ ਨਹੀਂ ਪੜੀ ਪੜੀ ਜਾਵਾਂ ਇੱਕ ਵਸੀਅਤ ਰਹਿ ਗਈ ਆਈ ਪੜੀ ਜਾਵਾਂ ਜ਼ਿੰਦਗੀ ਦਾ ਪਤਾ ਨਹੀਂ ਅਗਲੇ ਸਾਲ ਉਹ ਰੋਸੀ ਜਿਹੜਾ ਉਹ ਸੀ ਜਦੋਂ ਅਲੀ ਟੁਰਨ ਨਾ ਬੀਬੀ ਸਦਿਆ ਯਾ ਅਲੀ ਜਦੋਂ ਮੈਂ ਕਬਰ 'ਚ ਲਹਿ ਸੋਨਾ ਤਲਕੀਨ ਪੜਨ ਲੱਗਿਆ ਮੇਰੇ ਮੋਢੇ ਆਪ ਨਪਣੇ ਅਤੇ ਯਾ ਅਲੀ ਮਿਹਰਬਾਨੀ ਕਰਨਾ ਮੇਰਾ ਨਾਂ ਜਦੋਂ ਆਵੇ ਮੇਰੇ ਮੋਢੇ ਹੌਲੇ ਹਿਲਾਉਣੇ ਅਲੀ ਵਜ੍ਹਾ ਪੁੱਛੀ ਬੀਬੀ ਆਦੀ ਯਾ ਅਲੀ ਕਿ ਦੱਸਾਵਾਂ ਜਦੋਂ ਤੁਹਾਡੇ ਗਲੇ 'ਚ ਰੱਸੀ ਆਈ ਨਾ ਮੈਂ ਹਾਏ ਕਰਨ ਵਾਲੇ ਤੇ ਹੁਸੈਨ ਦੀ ਅੰਮਾ ਰਾਜ਼ੀ ਹੋਵੇ ਯਾ ਅਲੀ ਮੈਂ ਤੁਹਾਨੂੰ ਛੁਡਾਵਣ ਗਈ ਆਈ ਕੁਨ ਫਜ ਮਲਹੂਨ ਮੇਰੇ ਬਾਜ਼ੂ ਤੇ ਤਲਵਾਰ ਦਾ ਨਿਆਮ ਮਾਰੇ ਆਈ ਯਾ ਅਲੀ ਮੇਰਾ ਬਾਜ਼ੂ ਟੁੱਟੋਇਆ ਏ ਜ਼ਖਮ ਮੈਂ ਧੀਆਂ ਨੂੰ ਹੀ ਕੋਈ ਨਹੀਂ ਵਿਖਾ ਯਾ ਹੁਸੈਨ ਯਾ ਹੁਸੈਨ ਯਾ ਹੁਸੈਨ ਪੁੱਤਰਾਂ ਨੂੰ ਆਖਿਆ ਜਾਓ ਨਾਨੇ ਨੂੰ ਦੱਸ ਆਓ ਅੰਮਾ ਔਖੀਏ ਦੋਵੇਂ ਧੀਆਂ ਇੱਕ ਬਣੀ ਹਾਸ਼ਮ ਦੀ ਬੀਬੀ ਕੋਲ ਬਿਠਾਈਆਂ ਬਾਬਾ ਜ਼ਿਆਦਾ ਪੜ ਗਿਆ ਮੌਲਾ ਜਾਣਦੇ ਤੇਰੇ ਮਜਮੇ ਦੇ ਪਿਆਰ ਹੀ ਜ਼ਿਆਦਾ ਪੜ ਗਿਆ ਨਾਰਾਜ਼ ਨਾ ਹੋਣਾ ਤੁਸਾਂ ਵੀ ਅਤੇ ਮਾਵਾਂ ਬਹਿਣਾ ਵੀ ਨਾਰਾਜ਼ ਨਾ ਹੋਣਾ ਦਿਨ ਲੈ ਗਿਆ ਮੈਂ ਪੜ ਜ਼ਿਆਦਾ ਗਿਆ ਸੱਤਰ ਆਖਰੀ ਪਿਆ ਪੜਦਾ ਫਿਜ਼ਾ ਮੈਂ ਆਪਣੇ ਹੱਥੀਂ ਖਾਣਾ ਬਣਾਏ ਮੇਰੇ ਸਾਹ ਮੁੱਕ ਵੰਜਣੇ ਤਸਬੀ ਦੀ ਆਵਾਜ਼ ਸੁਣਦੀ ਰਹੇ ਤਾਂ ਸਮਝੇ ਜੀਂਦੀ ਹੈ ਜਦੋਂ ਆਵਾਜ਼ ਮੁੱਕ ਵੰਜੇ ਤਾਂ ਵੱਧ ਸਮਝ ਵੰਜੇ ਹੁਣ ਸਾਹ ਮੁੱਕ ਗਏ ਸੀ ਮੇਰੇ ਮੁੱਕਣ ਦੇ ਬਾਅਦ ਮੇਰਾ ਹੁਸੈਨ ਘਰ ਅਸੀਂ ਪਹਿਲੇ ਮੇਰੀ ਹਸਰਤ ਹੀ ਮੇਰੇ ਹੱਥ ਦਾ ਬਣਿਆ ਹੋਇਆ ਖਾਣਾ ਦੇਵੇਂ ਵੱਤ ਮੇਰੇ ਮਰ ਵੰਜਣ ਦੀ ਇਤਲਾਹ ਦੇਵੇਂ ਤੇਰੇ ਮਾਤਮ ਦੀ ਇੱਜ਼ਤ ਦੀ ਕਸਮ ਹੈ ਇਸ ਬੁਲੰਦ ਹੁੰਦੀ ਆਵਾਜ਼ ਦੀ ਹੁਰਮਤ ਦੀ ਕਸਮ ਹੈ ਇਸ ਲੁੜਦੇ ਆਂਸੂ ਦੀ ਇੱਜ਼ਤ ਦੀ ਕਸਮ ਇਸ ਤੋਂ ਅੱਗੇ ਪੜਨ ਦੀ ਜ਼ਰੂਰਤ ਨਹੀਂ ਬਰਾਮਦਗੀ ਨਾ ਹੁੰਦੀ ਤਾਂ ਮੈਂ ਉਥਾਂ ਹੀ ਬਿਆਨ ਕਰਾਂ ਇਹ ਬਰਾਮਦਗੀ ਅਤੇ ਮਾਤਮੀਆਂ ਨਾਲ ਵਾਧਾ ਜਿਹੜਾ ਹਲਕੇ 'ਚ ਇੰਜ ਕਰਕੇ ਆਪਣੀ ਜ਼ਿੰਦਗੀ ਸਮਝਦਾ ਸੀਨੇ 'ਤੇ ਹੱਥ ਮਾਰ ਕੇ ਹਾਏ ਸਹੀ ਅਦਾ ਆਖਣਾ ਉਹ ਬੰਦਾ ਤਿਆਰੀ ਕਰੇ ਬੀਬੀ ਆ ਬੈਠੇ ਨੇ ਹੁਜਰੇ 'ਚ ਅੱਲਾ ਨਾ ਕਰੇ ਇਨਸ਼ਾਅੱਲਾ ਕਿਸੇ ਦੀ ਧੀ ਦੁਖੀ ਨਾ ਹੋਵੇ ਫਿਰ ਵਿਆਹਾਂ ਦੀਆਂ ਦੁਖੀਆਂ ਹੋਵੇ ਨਾ ਰਿਸ਼ਤੇ ਕਿਹੜੇ ਹੁੰਦੇ ਨੇ ਜਿਨ੍ਹਾਂ 'ਤੇ ਚੋਖਾ ਮਾਣ ਹੈ ਪਿਓ ਮਾਂ ਭੈਣ ਬਿਰਾ ਰਿਸ਼ਤੇ ਮੌਜੂਦ ਹੋਵੇ ਪਿਓ ਮਿਲੇ ਨਾ ਤੇ ਹਾਲ ਪੁੱਛੇ ਜੀ ਏਡੀ ਔਖੀ ਧੀ ਉਹ ਸੀ ਅਕਸੀ ਬਾਬਾ ਖੈਰ ਬਿਰਾ ਪੁੱਛੇ ਨਾ ਅਕਸੀ ਮੈਂ ਠੀਕ
कुछ दुख दसी बहना नू ते सारे दुख दसेगी मां नू। कौन अजे तक सारा दिन हाय नहीं कर सकिया नबी दी धी को लेना चौवां चो रिश्ता कोई ना आई। माँ मक्के दफन हो गई, बाबा मदीने दफन हो गया, ना कोई भैन आई ना कोई भरा। जद आखरी साह करीब होते अखा बंद करके जख्मी हाथ पासे तू चाके मक्के अलवदा के साथ मारे अस अम्मा ए ना फितरत दुखे च माँ याद आती है। बीबी आखे अम्मा ते मोसने दीन दा जवाब आए जी मेरी दुखी दी। जद माँ की आवाज कन्ना ते आई है वत फितरत अन मुहम्मद दीदी अपने दुख सुनाने शुरू किए न जख्मी आत्मा आले पासे वदा गया दी है तू आधी टुर गई मेरी दी न रोवे ओ मैं कुंभू सताए ने किवे मैं न रोवा। अल्लमार 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 सदके भाई घर ताई रोसे ना हाथ जोड़ो बेटा ये हाथ अल्लाह दी तस्बीह या हुसैन दे मातम वास्ते बने तू समातम करो ते मैं आदर वादी है तू आधी टुर गई मेरी दी न रोवे ओ मैं कुंभू सताए ने किवे मैं न रोवा झूठ ला के मैं कू झिड़का के मैं कू ओ खाली वलय ने किवे या हुसैन या हुसैन। आप बनिए करबला ओ मैं सदके हो जावा आओ जरा दस्तार बरामद करके ले आओ सामने ज़ियारत कराओ ते मैं मसायब शुरू करा। आओ नबी दी दस्तार उठे कोई ना भाई तुहानू दस्तार दा वास्ता हर बंदा बैठ रहो आओ संशाद दस्तार उठे ले आओ जे दस्तार सजावनी है दस्तार उठे ले आओ जे सर ते रख के पुछने दसो मेरी दादी दा जुर्म केड़ा। मैं सदके हो जावा मां नू पिया दिए दस्तार दवारिस पुत्र तो मेरे बाबे दा हाई कोई ना उम्मत बाबे दे बाद तेरी धी नू बड़ाई मारिया है ते बहु सताया ने मां के किमें किमें सताएं दे रहे नी जरा दर्द तो सुना हुण मैं वेखे ते मैं मातम दी सता राखा जद मां के दर्द सुना उसले रो के आदी है मैं डादा रहा जग ते इज्जत मंडेदा मैं डे दर ते बाबा रुक रुक हवेदा तकदीर वाला ततहीर वाला ओ मेरा दर जले ने किवे मैं अल्लमान 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 राजियो सैयद हुण मैं सुनन लग पई बरामदगी पई होंदी है उत्थे जनाज़ा उसी उत्ते अख चा के कोई ना वेखे हाँ सिर्फ कन्न जरूर रखना तुहानू इंज लग सी अज भी धीआं मां दे जनाज़े ते रोंदियां पईआं ने मां सुनदी रही ते धी दुख दे सामने शुरू कीते उच्चा रो के पई आदीए अम्मा दसावां किहड़े दुख मलीदे इन्ना कीता मेरा मोहसिन शहीदे अम्मा दसावां ओ किहड़े या हुसैन बड़ा हौसला नियाज़ हुसैन बड़ा हौसला सैयद जरा खड़ा हो तू बानी है मजलस ते मातमी है जरा एक दफा जमीन छाड़ते खड़ा हो तू सा सैयदजादे मैं बुला के सामने ता बिठाया तू हम दादी दवास्ते इजाजत दे ते मैं ओ वैन पड़ा जिस ते मजलस कर बला बन दिया वेखिया जिस ते दिल करदा है बंदा रोंदा रोंदा मर जावे मैं पहले आके दी जेड़े तो कई नू नहीं दसदी ओ मां तू नहीं लुकैंदी दो दुख दस के अज मुद्दत बाद उच्चा रो के आदी है तू मां है ते तू ओ केड़ा दुख लुकावा आखे त जख्मी चेहरा दिखावा तू मां तमे सैयदा आदि है तू मां है ते तू ओ केड़ा दुख लुकावा आखे त जख्मी पासा दिखावा तू मां है ते तू आ संसार जे रोगी आई तमान वादिए को दुखे जदा मातम मैं माशर ची करना है मां के केड़ा दुख मू तू मुद्दत बाद चादर हटा के ते रो रो के आ दिए मकरूज ते डे मथे हाथ उठा ओ हैदर नू इल्ला कैदी बड़ा ओ मकरूज ते डे Thank you.
ਸੁਭਾਨ ਅੱਲਾਹ।